एक कामयाब आदमी के पीछे एक औरत का याद है। शीनू मेहता कितने फसे हो यार, शीनू मेहता कितने को कम तय है भाई, ये भाने होता है सारे लड़कों के। लड़कियों सुन लो, मैं तो बोलती हूँ मैं गाड़ी चलाया करती, गाड़ी नहीं आती चलाने तो मेरे पास गाड़ी दिया करो। आपके चरण कहाँ है? ये देखो नवा काम शुरू करने लगी शीनू जी, फोन दे कवर का सेल लगाऊंगी मैं दुकान पे भी, इतने कवर नहीं होंगे। अंकुश ठाकुर यो हाँ आहा आहा आहा। हां जी गाइस, गुड मॉर्निंग जी, किदा जी सारे ठीक ठाक हो? उम्मीद करदा सारे वधिया होंगे। ते अज नवे दिन तो नवे व्लॉग दी शुरुआत करन लगे। ते पहला ना थोड़ा सारयां दा दिलों धन्नवाद, क्योंकि तुसी साडे जिहड़े पिछले सारे व्लॉग आ सब नूं बहुत ज्यादा प्यार दित्ता, ज्यादातर तां उह गड्डी वाले नूं जिह च मैनूं गड्डी सिखाउंदा पिआ। ते इन्ने कमेंट ते इन्ने मैसेज आउंदे ना मैनूं कि बई पार्ट 3 बनाओ, मैनूं लगदा उह ते वैब सीरीज बनाउणी पैणी बाबिओ, तां जाके किते गल्लबात बनदियां है। ਤੇ ਪਾਰਟ 3 ਯਾਰ ਹੁਣ ਬਾਈ ਮੈਂ ਕੀ ਕਰਾਂ, ਇਹ ਕਲਪ ਦੀ ਆ ਗੱਡੀ ਨੂੰ ਆਉਂਦੀ ਹੈ ਨਹੀਂ ਚਲਾਉਣੀ, ਮਾੜੀ ਮੋਟੀ ਜਿੰਨੀ ਕੁ ਆਉਂਦੀ ਆ ਤੇ ਉਨੀ ਕੁ ਸਿਖਾ ਦਿੰਦਾ ਹੁਣ ਮੈਂ। ਬਾਕੀ ਪਾਰਟ 3 ਜਦੋਂ ਬਣਾਇਆ ਇਹਨੂੰ ਕਿਤੇ ਲੰਬੇ ਰੋਡ ਤੇ ਗੱਡੀ ਪਾ ਦੇਣੀ, ਲੰਬੇ ਟੂਰ ਤੇ ਉੱਥੇ ਫੜਾ ਦੇਣੀ ਜਿੱਥੇ ਰੋਡ ਸਿੱਧਾ ਹੀ ਹੋਵੇ, ਕਿ ਸਿੱਧੀ ਚਲਾਈ ਚੱਲ ਚਲਾਈ ਚੱਲ ਚਲਾਣ ਹੁੰਦਾ ਹੋਣ ਦੇ ਕੋਈ ਚੱਕਰ ਨਹੀਂ, ਠੀਕ ਆ। ਤੇ ਉਹਦੇ ਚ ਜ਼ਿਆਦਾ ਸਵਾਦ ਆਊਗਾ, ਉਹਦੇ ਚ ਜ਼ਿਆਦਾ ਸਵਾਦ ਆਊਗਾ। ਤੇਰੇ ਘਰ ਵੱਲ ਫੜਾ ਦਵਾਂ ਤੈਨੂੰ ਮੈਂ ਸਿੱਧੀ। ਚਲੋ ਲੋ ਵੀ ਮਿੱਤਰ, ਜਦੋਂ ਵੀ ਮੈਨੂੰ ਘਰੇ ਛੱਡਣ ਗਿਆ ਵਿੱਚੋਂ ਇਹਨੂੰ ਥੋੜੀ ਦੇਰ ਗੱਡੀ ਚਲਾਉਣ ਨੂੰ ਫੜਾ ਦੇਣੀ ਆ, ਦੇਖਦੇ ਆ ਕੀ ਕਰਦੇ, ਠੀਕ ਹੈ। ਤੇ ਬਾਕੀ ਮਿੱਤਰੋ ਹੁਣ ਅੱਜ ਸਵੇਰ ਹੋ ਗਈ ਆ, ਗਰਮੀਆਂ ਦੇ ਦਿਨ ਆ ਗਏ, ਚੜਚੜਾਪਨ ਜਿਹਾ ਹੋ ਗਿਆ ਭਰਾ ਤੁਹਾਡਾ, ਜਿਵੇਂ ਕਿ ਤੁਹਾਨੂੰ ਪਤਾ ਬਿਮਾਰ ਆ, ਜ਼ੁਕਾਮ ਰੇਸ਼ਾ ਖੰਘ ਸਾਰਾ ਕੁਛ ਹੋਇਆ ਤੁਹਾਡੇ ਭਰਾ ਨੂੰ, ਤੇ ਹੁਣ ਸਮਝ ਨਹੀਂ ਆਉਂਦੀ ਕਿੱਧਰ ਨੂੰ ਚੱਲੀਏ। ਭਰਾ ਨੇ ਸੁਬਹ ਮੇਰੇ ਕੋ ਉਠਾ ਦਿਆ ਹੈ ਔਰ ਆਜ ਅੰਕੁਰ ਤੁਮ ਖੁਦ ਬਤਾਓਗੇ ਕਹਾਂ ਜਾਣਾ, ਔਰ ਮੈਨੇ ਬੋਲਾ ਥਾ, ਮੈਨੇ ਕਹਾ ਤੁਮਨੇ ਡਿਸਾਈਡ ਕਰਾ ਕਿ ਕਹਾਂ ਜਾਣਾ। ਚਲੋ ਮਿੱਤਰੋ ਅੱਜ ਆਪਾਂ ਉਦਾਂ ਹੀ ਘੁੰਮਦੇ ਫਿਰਦੇ ਆ, ਵੀਡੀਓ ਬਣਾ ਲੈਂਦੇ ਆ। ਖਾਣਾ ਪੀਣਾ ਕੁਛ ਪਹਿਲਾਂ? ਹਾਂ ਪਹਿਲਾਂ ਖਾ ਲਈ। ਕੀ ਖਾਣਾ? ਉਹੀ ਖਾ ਸਕਦੇ ਆ, ਪੋਹਾ ਖਾਣਾ। ਚਲੋ ਪਹਿਲਾਂ ਉਹ ਚਿਕਨ ਤੇ ਚੱਲੀਏ, ਪੋਹਾ ਖਾਇਆ ਹੀ ਮਿੱਤਰੋ। ਉਹ ਚਿਕਨ ਦਾ ਨਾ ਨਰਾਤੇ ਸ਼ੁਰੂ ਆ, ਪਰ ਉਹ ਚਿਕਨ ਦੇ ਹਾਂ ਉਹ ਚਿਕਨ ਦੇ ਜ਼ਰੂਰੀ ਨਹੀਂ, ਚਿਕਨ ਮਿਲਦਾ ਵੈਜ ਮਿਲਦਾ ਤੇ ਪੋਹਾ ਖਾ ਕੇ ਆਉਂਦੇ ਆ। ਉਹ ਸਾਹਮਣੇ ਆ ਗਿਆ ਉਹ ਚਿਕਨ, ਤੇ ਇੱਥੋਂ ਬਾਈ ਡਾਈਟ ਮਿਲਦੀ ਆ, ਡਾਈਟ ਖਾਈਏ। ਡਾਈਟ ਤੁਹਾਨੂੰ ਪਤਾ ਤੁਹਾਡਾ ਭਰਾ ਕਿਹੜਾ ਜਿਮ ਲਾਉਂਦਾ, ਬਸ ਉਦਾਂ ਹੀ ਸਵਾਦ ਬਹੁਤ ਲੱਗਦਾ ਪੋਹਾ ਮੈਨੂੰ, ਤਾਂ ਕਰਕੇ ਨਾਲੇ ਹੈਲਦੀ ਡਾਈਟ ਆ। ਬਾਕੀ ਹੁਣ ਖਾਈਏ ਤੇ ਤੁਹਾਨੂੰ ਵੀ ਥੋੜਾ ਥੋੜਾ ਦਿਖਾਈਏ, ਤੁਹਾਡੇ ਵੀ ਮਨ ਦੇ ਵਿੱਚ ਲਾਲਚ ਪਾਈਏ, ਪੋਹੇ ਦਾ ਮੂੰਹ ਤੇ ਪਾਣੀ ਲਾਈਏ, ਫੇਰ ਤੁਸੀਂ ਪੋਹਾ ਖਾਓਗੇ। ਕੁੜੀ ਨੇ ਪੋਹਾ ਖਾ ਲਿਆ, ਤੁਸੀਂ ਪਿੱਛੇ ਵੀਡੀਓ 'ਚ ਦੇਖਿਆ ਨਾ ਕਿੱਦਾਂ ਪੜਨ ਲੱਗੀ ਸੀ ਪੋਹਾ, ਤੇ ਫੇਰ ਕਹਿੰਦੀ ਮੈਂ ਮੋਟੀ ਹੋ ਗਈ ਆ। ਹੈਂ ਆਪਕਾ ਵੀ ਬਤਾਇਆ ਕਰੂੰਗੀ ਅਗਲੀ ਵਾਰ, ਇਧਰ ਸੇ ਮੈਂ ਕੈਮਰਾ ਆਨ ਕਰਾ ਕਰੂੰਗੀ, ਦੇਖਤੇ ਵੀ ਨਹੀਂ ਹੋਗੀ ਬਈ। ਹਾਂ ਦੂਸਰਾ ਲੋ ਮਿੱਤਰੋ, ਇਹ ਉਦਾਂ ਵੀ ਨਾ ਸਾਰਾ ਦਿਨ ਗਾਲਾਂ ਕੱਢਦੇ ਸੀ, ਤੂੰ ਸਾਰਾ ਦਿਨ ਯਾਰਾਂ ਨਾਲ ਰਹਿਣਾ ਯਾਰਾਂ ਨਾਲ ਰਹਿਣਾ, ਤੂੰ ਮੇਰੇ ਨਾਲ ਰਹਿ ਕੇ ਦੇਖ ਲੈ ਅੱਜ ਸਾਰਾ ਦਿਨ ਕੀ ਹੁੰਦਾ। ਮੈਂ ਤਾਂ ਇਹੀ ਚਾਹਤੀ ਹੂੰ, ਡੇਲੀ ਤੁਮ ਦੋ ਦੋ ਤਿੰਨ ਦਿਨ ਬਚ ਜਾਤਾ ਤੁਮੇ। ਹਾਂ ਫੇਰ ਮੈਂ ਹੁਣ ਮੈਂ ਬਾਹਰ ਨਾ ਘੁੰਮਾ ਫਿਰਾਂ, ਮੈਂ ਨਾ ਘੁੰਮਾ ਫਿਰਾਂ। ਲੈ ਏਦਾਂ ਥੋੜਾ ਹੁੰਦਾ, ਏਦਾਂ ਹੀ ਹੁੰਦਾ। ਕੁੜੀਆਂ ਦਾ ਕੰਮ ਆ ਘਰ ਦਾ ਕੰਮ ਕਰਨਾ, ਮੁੰਡਿਆਂ ਦਾ ਕੰਮ ਆ ਲਫੰਡਰਗਿਰੀ ਕਰਨਾ, ਐਵੇਂ ਕੁੜੀਆਂ ਦਾ ਕੰਮ ਘਰ ਦਾ ਕੰਮ ਕਰਨਾ ਹੈ। ਹੋਰ ਕੀ ਲੈ 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 ਕੇ ਲੈ, ਜੋ ਚੀਜ਼ ਬਾਤ ਚੱਜ ਕੀ ਹੈ ਵਹੀ ਬੋਲ ਰਹੀ ਹੂੰ ਮੈਂ, ਯੂ ਆਰ ਰੋਂਗ ਮਿਸਟਰ ਅੰਕੁਸ਼ ਠਾਕੁਰ। ਪੋਹਾ ਖਾ ਕੇ ਤੋਂ ਨਿਕਲ ਗਏ, ਅਗਲਾ ਪਤਾ ਨਹੀਂ ਕਿ ਕਹਾਂ ਜਾਣਾ। ਅਬ ਥੋੜੀ ਦੇਰ ਬਾਅਦ ਫਿਰ ਸੇ ਬੋਲਣਾ, ਸ਼ੀਨੂੰ ਕਿੱਥੇ ਚਲੀਏ, ਸ਼ੀਨੂੰ ਕਿੱਥੇ ਚਲੀਏ, ਸ਼ੀਨੂੰ ਕੋ ਪਤਾ ਹੁੰਦਾ ਸ਼ੀਨੂੰ ਮੈਂ ਤੋਂ ਪੈਣੀ ਸਮਝ ਹੀ ਨਹੀਂ ਆ ਰਿਹਾ ਮੈਂ ਕਿੱਥੇ ਜਾਵਾਂ।
ਕਿੱਥੇ ਜਾਵਾਂ, ਜਬ ਮੈਂ ਬੋਲਤੀ ਥੀ ਮੈਨੇ ਇਤਨੀ ਪਿਆਰੀ ਪਿਆਰੀ ਲੋਕੇਸ਼ਨ ਬਤਾਈ ਹੋਤੀ ਥੀ, ਤਬ ਜਾਣਾ ਨੀ ਆਪਣੀ ਬਾਰੀ ਮੈਂ ਅਗਰ ਖੁਦ ਗਮਨ ਹੋ ਤੋ ਫਿਰ ਚਲ ਪੜਨਾ, ਇਹ ਕੋਈ ਬਾਤ ਹੋਤੀ ਹੈ? ਤਬ ਮੈਂ ਆਪਕੋ ਬੋਲਤੀ ਹੂੰ ਕਿ ਮੇਰੀ ਬਾਤ ਮੇਰੇ ਕਹੇ ਅਨੁਸਾਰ ਚਲਾ ਕਰੋ, ਅਗਰ ਮੇਰੇ ਰਾਹ ਕਦਮ ਪੇ ਆਪਣੇ ਕਦਮ ਬੜਾਓਗੇ ਤੋ ਹੀ ਆਪ ਆਗੇ ਸਕਸੈਸਫੁਲ ਹੋਗੇ। ਇੱਕ ਕਾਮਯਾਬ ਆਦਮੀ ਕੇ ਪਿੱਛੇ ਇੱਕ ਔਰਤ ਕਾ ਯਾਦ ਹੈ, ਸਮਝੇ? ਪਰ ਕਾਮਯਾਬ ਤਾਂ ਹਲੇ ਹੋਇਆ ਨਹੀਂ। ਤੋ ਤਾਂ ਬੋਲ ਰਹੀ ਹੂੰ ਕਿ ਮੇਰੇ ਕਹੇ ਅਨੁਸਾਰ ਚਲਾ ਕਰੋ, ਜੋ ਮੈਂ ਚੀਜ਼ ਬੋਲਤੀ ਹੂੰ ਵਹੀ ਵਹੀ ਕਰਾ ਕਰੋ, ਠੀਕ ਹੈ? ਯੇ ਨੀ ਕਰਾ ਕਰੋ ਕਿ ਇਸਕਾ ਫੋਨ ਆ ਗਿਆ ਉਧਰ ਚਲੇ ਗਏ, ਉਸਕਾ ਫੋਨ ਆ ਗਿਆ ਉਧਰ ਚਲੇ ਗਏ, ਫਿਰ ਮੇਰੇ ਸਾਥ ਬਹਾਨੇ ਪੇ ਬਹਾਨੇ। ਸ਼ੀਨੂ ਮੈਂ ਤਾਂ ਕਿੱਥੇ ਫਸਿਆ ਹੋਇਆ, ਸ਼ੀਨੂ ਮੈਂ ਤਾਂ ਕਿਹਦੇ ਕੋਲ ਕੰਮ ਤੇ ਆਇਆ, ਔਰ ਸ਼ਾਮ ਕੋ ਕੇ ਪੁੱਛਣਾ ਕੋ ਕੰਮ ਕੀ ਸੀ? ਕੁਛ ਨੀ, ਆਪਾਂ ਤਾਂ ਗੇਮ ਖੇਲਣ ਲੱਗੇ ਸੀ, ਦੀਪਾਂਸ਼ ਵੀ ਆ ਗਿਆ ਫਲੈਟ। ਅੱਛਾ, ਯਾਰੀਆਂ ਨੀ ਬਾਵੇ, ਯੈਸ ਯਾਰੀਆਂ ਨੀ ਬਾਤਾਂ, ਗੇਮ ਖੇਲ ਖੇਲ ਕੇ ਕਹੀਂ ਫਸਾਓ ਬੰਦਾ, ਫਿਰ ਤੋ ਤੁਮ ਜਾਓ। ਮੈਂ ਤੁਮੇ ਮੈਨੇ ਤੁਮੇ ਕਭੀ ਰੋਕਾ ਭਾਈ? ਇਹ ਬਹਾਨੇ ਹੋਤਾ ਹੈ ਸਾਰੇ ਲੜਕੋਂ ਕੇ, ਲੜਕੀਓ ਸੁਣ ਲੋ, ਯੇ ਕੋਈ ਯਾਰੀ ਦੋਸਤੀ ਨਹੀਂ, ਇਨ ਲੋਗੋਂ ਕੋ ਘੁੰਮਣਾ ਫਿਰਨਾ ਚਾਹੀਏ ਹੋਤਾ ਹੈ, ਫਿਰ ਅਗਰ ਇਨਕੋ ਹਮ ਬੋਲ ਦੇਤੇ ਹੈ ਕਿ ਭਾਈ ਹਮੇ ਸਾਥ ਲੈ ਜਾਏਗਾ, ਲੈ ਤੂੰ ਕੀ ਕਰਨਾ ਬਾਹਰ ਜਾ ਕੇ, ਧੁੱਪ ਹੈਗੀ ਬਾਹਰ ਬਹੁਤ ਜ਼ਿਆਦਾ, ਤੂੰ ਅੰਦਰ ਹੀ ਘਰੇ ਰਹਿ ਏਸੀ ਲਗਾ ਕੇ, ਇਹ ਡਰਾਮੇ ਹੋਤਾ ਹੈ ਤੁਹਾਰੇ, ਦਾਂਤ ਕਿਉਂ ਨਿਕਾਲ ਰਹੇ ਹੋ? ਔਰ ਸੁਬੇ ਕੀ ਬਾਤ ਭਾਈ, ਖੁਦ ਨੀਂਦ ਨਹੀਂ ਹੈ ਬੰਦੇ ਕੋ, ਕੋਈ ਬਾਤ ਨਹੀਂ ਭਾਈ, ਦੂਜੇ ਇਨਸਾਨ ਕੋ ਤੋ ਸੋਨੇ ਦੋ। ਪਤਾ ਨਹੀਂ ਮੈਂ ਸੁਬੇ 5-6 ਵਜੇ ਸੋਈ, ਔਰ 12-12 ਵਜੇ ਆ ਕੇ ਮੇਰੇ ਕੋ ਮੇਰਾ ਦਿਮਾਗ ਖਾ ਲਿਆ, ਸ਼ੀਨੂ ਉੱਠ, ਸ਼ੀਨੂ ਕਿੱਥੇ ਚਲੀਏ ਭਾਈ, ਖੁਦ ਤੇਰੇ ਕੋ ਨੀਂਦ ਨਹੀਂ ਹੈ, ਦੂਜੇ ਬੰਦੇ ਕੋ ਤੂੰ ਨੀਂਦ ਹੋ ਰਹੀ ਹੈ। ਮੈਨੂੰ ਨਾ ਲੋਕੀ ਮੈਸੇਜ ਕਰਦੇ ਆ ਸਨੈਪਚੈਟ ਤੇ ਕਿ ਭਾਜੀ 4:30-5 ਵਜੇ ਕਿਹੜੀ ਤੁਹਾਡੀ ਗੁੱਡ ਮਾਰਨਿੰਗ ਹੋਈ, ਤੇ ਮੈਂ ਤਾਂ ਤੈਨੂੰ ਅੱਜ ਜਲਦੀ ਉਠਾਉਂਦਾ ਸੀ ਕਿ ਸ਼ੀਨੂ ਜਲਦੀ ਉੱਠ, ਜਲਦੀ ਉੱਠ, ਆਪਾਂ ਕਿਤੇ ਚੱਲੀਏ ਅੱਜ ਘੁੰਮ ਫਿਰ ਕੇ ਆਈਏ। ਕਿੱਥੇ ਘੁਮਾਇਆ, ਕਹਾਂ ਘੁਮਾਇਆ ਮੇਰੇ ਕੋ ਇਹ ਵੀ ਪਤਾ ਲੱਗਦਾ ਹੈ ਚੀਏ, ਤੇ ਹੁਣ ਉੱਠਿਆ ਉਹ ਚਿਕਨ ਲੈ ਕੇ ਗਏ, ਭੁੱਖ ਲੱਗਦੀ ਆ ਬਸ, ਹੁਣ ਉੱਠ ਕੇ ਐਂ ਲੱਗ ਰਿਹਾ ਗਰਮੀ ਬੜੀ ਆ ਸਾਡੀ ਬਾਹਰ, ਅੱਬ ਅੱਬ ਗਰਮੀ ਹੋ ਗਈ, ਅੱਬ ਗਰਮੀਆਂ ਮੇ ਗਰਮੀ ਲੱਗੇਗੀ, ਗਰਮੀਆਂ ਮੇ ਸਰਦੀ ਤੋਂ ਹੋਤੀ ਨਹੀਂ। ਤੇ 5-6 ਸੁੱਤਾ ਪਿਆ ਨੇ ਤਾਂ 13 ਤਰੀਕ ਨੂੰ ਆਪਾਂ ਸਪੈਸ਼ਲ ਜਾਣਾ ਵੀਡੀਓ ਬਣਾਉਣ, ਲੋਕੇਸ਼ਨ ਖਰੀਦ ਕੇ, ਇਹ ਵੀ ਪਤਾ ਨਹੀਂ ਕਿ ਕਹਾਂ ਜਾਣਾ, ਇਹ ਸਾਰੀ ਬਾਤ ਨਹੀਂ, ਔਰ 13 ਤਰੀਕ ਨੂੰ ਸ਼ਾਇਦ ਮੈਨੇ ਘਰ ਜਾਣਾ, ਠੀਕ ਹੈ? ਖੁਸ਼ੀ ਜਾਂਦੀ ਨਹੀਂ ਘਰੇ, ਤੂੰ ਕਹਿ ਦਿੰਦੀ ਚੱਲ ਵੀ ਜਾ ਘਰੇ, ਮੈਨੂੰ ਵੀ 4 ਦਿਨ ਜੀਣ ਦੇ ਵਧੀਆ ਜ਼ਿੰਦਗੀ, ਤੁਹਾਡੀ ਜ਼ਿੰਦਗੀ ਕੋ ਕਿਆ ਮੈਨੇ ਰੋਕ ਕੇ ਰੱਖਾ ਹੋਊਗਾ, ਹੋਰ ਕੀ, ਸਾਂਸ ਨਹੀਂ ਆ ਰਹੀ ਤੁਮੇ ਹੈ ਕਿ ਮੈਨੇ ਤੁਹਾਡੀ ਆਕਸੀਜਨ ਖਰੀਦ ਕੇ ਰੱਖ ਲਈ ਆਪਣੇ ਪਾਸ, ਕਿ ਜਬ ਪੈਸੇ ਦੋਗੇ ਤਾਂ ਵੀ ਦੂੰਗੀ ਵਾਪਿਸ, ਹੱਦ ਕਰਤਾ ਹੈ ਨਾ, ਐਵੇਂ ਝੂਠ ਪੇ ਝੂਠ, ਝੂਠ ਪੇ ਝੂਠ, ਕੈਸਾ ਝੂਠਾ ਬੰਦਾ ਹੈ, ਮੈਂ ਤਾਂ ਬੋਲਤੀ ਹੂੰ ਮੈਂ ਕਿ ਮੈਂ ਗਾੜੀ ਚਲਾਇਆ ਕਰਤੀ, ਗਾੜੀ ਨਹੀਂ ਆ ਤੇ ਚਲਾਣੇ ਤੋ ਮੇਰੇ ਪਾਸ ਗਾੜੀ ਦਿਆ ਕਰੋ, ਬੇਵਕੂਫ। ਤੋ ਚਲੋ ਮਿੱਤਰੋ ਅੱਗੇ ਮਿਲਤੇ, ਕਿਆ ਪਤਾ ਕਹਾਂ ਜਾਣਾ, ਮੁਝੇ ਵੀ ਨਹੀਂ ਪਤਾ, ਜਹਾਂ ਲੈ ਕੇ ਚਲ ਜਾਏਗੀ ਮੈਂ ਚਲੀ ਜਾਊਂਗੀ, ਓਰੀਓ ਕੇ ਪਾਸ ਚਲੇ, ਦੀਪਾਂਸ਼ੂ ਸੁੱਤਾ ਪਿਆ, ਓਰੀਓ ਤੋਂ ਨਹੀਂ ਸੁੱਤਾ ਪਿਆ, ਤੋ ਚਲੋ ਚਲਤੇ ਕਹੀਂ, ਦੇਖਤੇ ਕਹਾਂ ਜਾਣਾ ਅੱਗੇ। ਇਸ ਫੋਨ ਕੋ ਦੇਖ ਲੋ, ਔਰ ਇਸ ਸ਼ਕਲ ਕੋ ਦੇਖ ਲੋ, ਡੇਲੀ ਡੇਲੀ ਕਾ ਕੰਮ ਹੋ ਗਿਆ, ਇੱਕ ਕਵਰ ਚੇਂਜ ਕਰਾਉਣਾ ਹੈ, ਗਲਾਸ ਗਾਰਡ ਚੇਂਜ ਕਰਾਉਣਾ, ਬਈ ਕੱਲ ਹੀ ਅਭੀ ਇਹ ਕਵਰ ਆਇਆ, ਠੀਕ ਹੈ, ਔਨਲਾਈਨ ਮੰਗਾਇਆ ਹੁਆ ਥਾ, ਇਧਰ ਸੇ ਸਾਈਡ ਸੇ ਤੋੜ ਦਿਆ, ਬੋਲਤੇ ਮੇਰੇ ਨਾ ਬਟਨ ਨਹੀਂ ਚੱਲ ਰਹੇ, ਠੀਕ ਹੈ ਚੱਲ ਤੋੜ ਦਿਆ, ਕੋਈ ਬਾਤ ਨਹੀਂ ਕਿ ਬਟਨ ਚੱਲ ਪੜੇ, ਉਸਕੇ ਬਾਅਦ ਇਹ ਗਲਾਸ ਗਾਰਡ ਤੋੜ ਦਿਆ ਹੁਆ ਹੈ, ਚਾਹਤੇ ਕਿਆ ਹੋ ਤੁਮ? ਯਾਰ ਟੁੱਟ ਜਾਂਦਾ ਹੁਣ, ਮੈਂ ਜਾਣ ਕੇ ਥੋੜਾ ਤੋੜਦਾ, ਤੁਮ ਜਾਣ ਕੇ ਹੀ ਤੋੜ ਤੋ, ਡੇਲੀ ਡੇਲੀ ਕੌਣ 3x2 ਚੱਲਦਾ ਹੈ ਕਿ ਵੇ, ਮੈਂ ਗਲਾਸ ਗਾਰਡ ਲਵਾ ਕੇ ਆਤਾ, ਹੈ ਸਿਹਤ ਖਰਾਬ ਆ ਮੇਰੀ, ਨਾ ਬੋਲ ਸਿਹਤ ਖਰਾਬ ਆ, ਸਿਹਤ ਖਰਾਬ ਕਾਹਨੇ ਬੋਲੋ ਪਹਿਲਾਂ ਤੁਮ ਬਤਾਓ, ਅਗਰ ਗਲਾਸ ਗਾਰਡ ਲਵਾਣੇ ਗਏ ਤੋ ਇਹ ਕਵਰ ਵੀ ਇੱਕ ਔਰ ਆਏਗਾ, ਮੈਂ ਕਿਆ ਬੋਲੂੰ ਅੰਕੂ ਤੁਮੇ, ਨਹੀਂ ਕਵਰ ਪਾਉਣਾ, ਬਸ ਕਵਰ ਬਹੁਤ ਆ, ਇਤਨੇ ਕਵਰ ਹੈ ਕਿ ਆਪ ਲੋਕ ਸੋਚ ਵੀ ਨਹੀਂ ਸਕਤੇ, ਮੈਂ ਅੱਜ ਆਪਕੋ ਦਿਖਾਉਂਗੀ ਕਿ ਕਿਤਨੇ ਕਵਰ ਹੈ, ਫਿਰ ਆਪ ਬੋਲਣਾ ਕਿ ਵਿਸ਼ੇ ਨੂੰ ਠੀਕ ਬੋਲਤੇ ਕਿ ਗਲਤ ਬੋਲਤੇ, ਕਭੀ ਗਾਰਡ ਟੁੱਟ ਗਿਆ, ਕਭੀ
ये फोन का कवर ये हो गया, पुराना हो गया, ऐसा हो गया। भाई मेरा ग्लास गार्ड तो टूटता नहीं, फोन नहीं आता आपको सेफ्टी से रखने तभी होती है ये चीज। तब बोलते हैं अपनी चीजें ध्यान से रखनी चाहिए। तेनु मैं की गया ही आपके चरण कहाँ है पर मैं कुछ होना नहीं चाहती। दुकानदार भी अपनी दुकान को चल ठीक है डेली झाड़ू पोछा लगाता, तो आप भी कवर कुवर को झाड़ू पोछा लगा लिया करो। कब लगाते हो, चेंज होते हैं सिर्फ कवर। तो चलो जी हम 3B2 जा ही आते हैं। आज लास्ट बार अगर मैंने ये चेंज कराऊंगी बस, अगर कुछ बोला ना उनको फिर मैं आपकी जुबान को ना ताला लगा दूंगी। ओके समझे, आपकी जुबान को ताला लगा दूंगी। ओके हाँ, कितना टाइम बचेगा अब हम जाने के लिए? 5 मिनट। 5 मिनट में हम 3B2 पहुंच जाएंगे। उधर जाके अब कवर जी एक ग्लास गार्ड चेंज कराओ ड्रम में। ਆ ਚੁੱਕੇ ਆ ਗਲਾਸ ਗਾਰਡ ਪਵਾਉਣ ਤੇ ਇੱਥੇ ਚੁੱਕਾ ਵੀ ਲੈਣਾ ਮੈਂ ਕੱਪੜੇ ਵੀ ਲੈਣੇ ਤੈਨੂੰ ਆ ਦਵਾਂ ਮੈਂ ਥੱਪੜ ਤੈਨੂੰ ਜਿੱਥੇ ਜਾਨੀ ਰੋਣ ਲੱਗ ਜਾਣੀ ਚਿੜੀ ਛਿੱਕਾ ਬੱਚੀ ਆ ਛੋਟੀ ਛੋਟੀ ਬੱਚੀ ਹੋ ਗਿਆ ਇੱਧਰ ਗਲਾਸ ਗਾਰਡ ਪੈ ਰਿਹਾ ਮਿੱਤਰੋ ਆਪਣਾ ਕੀ ਤੂੰ ਕੀ ਕਰਨੇ ਖਲਾਉਣੇ ਯਾਰ ਮਜਾ ਆਏਗਾ ਖੇਲ ਖੇਲ ਲੈ ਮੈਂ ਖਲਾਉਣਾ ਹੀ ਆ ਮੇਰੇ ਨਾਲ ਖੇਡਿਆ ਕਰ ਕਿਹੜਾ ਹਾਂ ਚੱਲ ਗੱਡੀ ਬੈਠ ਇੱਕ ਚੱਲ ਛੇਤੀ ਚੱਲ ਗੱਡੀ ਚ ਬਹਿ ਜਾ ਕੇ ਜਾ ਕੀ ਕੀ ਦਵਾਵਾਂ ਤੈਨੂੰ ਬਾਰਬੀ ਡੋਲ ਦਾ ਦਵਾਵਾਂ ਤੈਨੂੰ ਇੱਕ ਬੈਡਮਿੰਟਨ ਇੱਕ ਬਾਰਬੀ ਡੋਲ ਕੱਲੀ ਖੇਡਿਆ ਕਰੂੰਗੀ ਸਨੈਪ ਸਕੂਵੀ ਨਾਲ ਹੈ ਚੱਲ ਲੈ ਲਾ ਯਾਰ ਕੋਈ ਚੱਕਰ ਨਹੀਂ ਜਾ ਲਿਆ ਪੈਸੇ ਤੇਰੇ ਕੋਲ ਹੈਗਾ ਹੀ 1000 ਰੁਪਿਆ ਦੇ ਉਹ ਮਿੱਤਰੋ ਆਪਾਂ ਫਾਈਨਲੀ ਪਵਾ ਲਿਆ ਗਲਾਸ ਗਾਰਡ ਤੇ ਮੈਂ ਬੇਵਫਾਈ ਠੀਕ ਆ ਕੋਈ ਚੱਕਰ ਨੀ ਮੈਨੂੰ ਚੱਪਲ ਦਾ ਜੋੜਾ ਦਿਲਵਾਇਆ ਅੱਛਾ ਨਾ ਮੈਨੂੰ ਸੁਣੋ ਸੁਣੋ ਇਹਦੇ ਗਾਣੇ ਸਾਰੀ ਗੱਲਾਂ ਹੀ ਸੀ ਕਿ ਅੰਕੂ ਚੱਲ ਪੜ ਇਤਨੇ ਸੁੰਦਰ ਸੁੰਦਰ ਕੱਪ ਲੱਗੇ ਹੋਏ ਯਾਰ ਤੇਰੇ ਕੋਲ ਪਤਾ ਕਿੰਨੇ ਸੋਹਣੇ ਟੋਪ ਆ ਅੰਕੂ ਫਿਰ ਆਪਕੇ ਪਾਸ ਲੱਖਾਂ ਚੋਂ ਗਿਣਵੇਂ ਚੁਣਵੇਂ ਟੋਪ ਆ ਤੇਰੇ ਕੋਲ ਲੱਖਾਂ ਚੋਂ ਨਹੀਂ ਆਇਆ ਕਰਨਾ ਬਾਪੂ ਲੋਕੀ ਕਹਿੰਦੇ ਆ ਕਿ ਟੋਪ ਪਾਉਣਾ ਦਾ ਸ਼ਿਵਾਨੀ ਚੌਹਾਨ ਵਰਗਾ ਟੋਪ ਪਾਉਣਾ ਲੈ ਬਈ ਐਵੇਂ ਆ ਟੁੱਕਾ ਮਾਰਨਾ ਉਹੀ ਗੱਲਾਂ ਫੋਨ ਆ ਗਿਆ ਚੁੱਪ ਕਰ ਹੈ ਸੁਬਹ ਸੇ ਘੁਮਾ ਰਹੇ ਉਸ ਗਾੜੀ ਮੇ ਬੱਚੇ ਕਭੀ ਇਧਰ ਗੇੜਾ ਕਭੀ ਉਧਰ ਗੇੜਾ ਅਬ ਹਟ ਫਿਰ ਕੇ ਇਧਰ ਚਾਹ ਪੀਣਾ ਕੇ ਪੇਟ ਭਰਤਾ ਨਹੀਂ ਆਪਕਾ ਪਾਸ ਕਰ ਰਹੇ ਮੈਂ ਟਾਈਮ ਪਾਸ ਨਹੀਂ ਅੱਛਾ ਕਿ ਅੱਜ ਦੀ ਪਾਸ ਸ਼ੁਭਿਆ ਸੋਏ ਹੋ ਅੰਤ ਤੱਕ ਤੱਕ ਆਪ ਮੇਰੇ ਕੋ ਐਸੇ ਘੁਮਾਏ ਜਾ ਰਹੇ ਹੋ ਅੱਛਾ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਅੱਜ ਮੈਂ ਚਾਹ ਪੀਣੀ ਮੈਂ ਕਿਹਾ ਚੱਲ ਚਾਹ ਪਲਾ ਦਿੰਦਾ ਜਾ ਕੇ ਨਹੀਂ ਜੀ ਆਪ ਨੇ ਬੋਲੇ ਮੈਨੂੰ ਪਕੌੜੇ ਔਰ ਚਾਹ ਪੀਣੀ
ਢਿੱਡ ਦਾ ਤੇਰਾ ਭਰਦਾ ਹੀ ਆਪ ਕਾ ਨਹੀਂ ਭਰਦਾ ਵੋ ਮੈਨੂੰ ਤਾਂ ਬੋਲਾ ਹੀ ਨਹੀਂ ਦੇਖ ਲਓ ਆਪਕੀ ਸ਼ਕਲ ਦੇਖ ਲਓ ਦੇਖ ਲਓ ਦੇਖ ਲਓ ਭਈਆ ਕੇ ਸਾਥ ਬੈਠ ਜਾਓ ਜਾਓ ਖਾਣੇ ਮੈਂ ਤਾਂ ਪਕੌੜੇ ਹੀ ਖਾਊਂਗਾ ਭਾਈ ਚਾਹੇ ਜੋ ਮਰਜ਼ੀ ਹੋ ਬਿਲਕੁਲ ਰੀਝ ਕੇ ਸਾਥ ਤੋ ਭਈਆ ਬਿਮਾਰੀ ਵਿੱਚ ਆਇਆ ਔਰ ਪਕੌੜੇ ਆ ਜਾਏਗੇ ਔਰ ਮੇਰੇ ਕੋਲ ਲੱਗੀ ਹੈ ਭੁੱਖ ਤੋ ਮੈਂ ਖਾਊਂਗੀ ਔਰ ਬੜੀਆ ਵੀਡੀਓਜ਼ ਵੂਡੀਓਜ਼ ਬਣਾਊਂਗੀ ਔਰ ਓਰੀਓ ਕੋ ਚੱਕ ਕੇ ਆਪਣੇ ਘਰ ਚਲੀ ਜਾਊਂਗੀ ਓਕੇ ਓਕੇ ਓਰੀਓ ਆਜ ਘਰ ਜਾਏਗਾ ਨਾ ਹਮਾਰੇ ਓਰੀਓ ਆਜ ਹਮਾਰੇ ਘਰ ਜਾਏਗਾ ਬੇਚਾਰਾ ਦੋ ਦਿਨ ਸੇ ਸੁਸਤ ਹੋ ਗਿਆ ਥਾ ਕਿਉਂ ਨਹੀਂ 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 ਓਰੀਓ ਨੂੰ ਲੈ ਕੇ ਜਾਣਾ ਓਰੀਓ ਨੂੰ ਲੈ ਕੇ ਜਾਣਾ ਲੈ ਕੇ ਜਾਣਾ ਪਾਪਾ ਗੁੱਸਾ ਹੁੰਦਾ ਮੇਰੀ ਸ਼ਕਲ ਸੁੰਦਰ ਹੈ ਨਾ ਹੋਰ ਪਰੀ ਬਣ ਰਹੀ ਹੋ ਨਾ ਮੈਂ ਦੇਖੋ ਚਲੋ ਜੀ ਚਾਹ ਚੂਹੇ ਪੀ ਲੈਂਦੇ ਫਿਰ ਉਸਕੇ ਬਾਅਦ ਮਿਲਤੇ ਆਪ ਲੋਗੋ ਸੇ ਕਿਆ ਬਾਤ ਹੈ ਕਿਆ ਬਾਤ ਹੈ ਚਾਹ ਨਾ ਪਕੌੜੇ ਪਤਾ ਵੀ ਆ ਚੰਗਾ ਭਲਾ ਅੰਕੁਸ਼ ਦਾ ਗਲਾ ਖਰਾਬ ਆ ਨਹੀਂ ਖਾਧੇ ਜਾਣੇ ਪਕੌੜੇ ਇੰਨੇ ਪਕੌੜੇ ਕਿੰਨੇ ਖਾਣੇ ਆ ਤੂੰ ਖਾ ਲੂੰਗੀ ਇਕੱਲੇ ਮੈਂ ਪਹਿਲੇ ਕਿਹਾ ਸੀ ਤੂੰ ਭੁੱਖ ਪਾਉਂਦੀ ਆ ਸਿਰੇ ਦੀ ਤਾਂ ਹੀ ਮੋਟੀ ਹੋਈ ਜਾਂਦੀ ਆ ਨਾ ਖਾਇਆ ਕਰ ਇੰਨਾ ਘੱਟ ਖਾਇਆ ਕਰ ਸਮਝੀ ਜਿੱਥੇ ਜਾਨੀ ਖਾਣ ਲੱਜ ਨਹੀਂ ਖਾਣ ਲੱਜ ਨਹੀਂ ਪਤਲੀ ਜਿਹੀ ਸੀਗੀ ਤੂੰ ਖਾ ਖਾ ਕੇ ਡੂਸ ਬਣ ਗਈ ਆ ਹੈ ਚਾਹ ਪੀਣੀ ਇਕੱਲੇ ਪਤਾ ਨਹੀਂ ਹੁਣੇ ਕੀ ਹੁੰਦਾ ਮੂੰਹ ਚੋਂ ਨਿਕਲ ਗਿਆ ਡੂਸ ਠੀਕ ਹੈ ਚਲੋ ਮਿੱਤਰੋ ਚਾਹ ਨਾਲ ਪਕੌੜਾ ਮੈਂ ਵੀ ਇੱਕ ਅੱਧਾ ਖਾਵਾਂ ਅਤੇ ਉਹ ਤੋਂ ਬਾਅਦ ਧੁੱਪ ਜੀ ਹਟ ਗਿਆ ਫਿਰ ਵੀਡੀਓ ਵੂਡੀਓ ਬਣਾਈਏ ਤੇ ਘਰੇ ਜਾਈਏ ਮੈਂ ਵੀ ਅੱਜ ਜਲਦੀ ਸੋਵਾਂ ਰੈਸਟ ਰੁਸਟ ਕਰਾਂ ਜਾ ਕੇ ਅੱਜ ਕਿੰਨਾ ਘੁੰਮ ਫਿਰ ਕੇ ਮਿੱਤਰੋ ਕਿੰਨਾ ਭਾਸ਼ਣ ਇਹਨੇ ਮੈਨੂੰ ਦਿੱਤਾ ਰਾਹ ਦੇ ਵਿੱਚ ਆਖਰ ਖੋਤੀ ਬੋਰਡ ਥੱਲੇ ਹੀ ਫਿਰ ਆਪਣੇ ਫਲੈਟ ਦੇ ਬਾਹਰ ਆ ਗਏ ਹਾਂ ਇੱਥੇ ਕਹਿੰਦੀ ਵੀਡੀਓ ਬਣਾਉਣੀ ਆ ਕਿਉਂਕਿ ਬਾਹਰ ਧੁੱਪ ਬਹੁਤਾ ਸਾਡੀ ਗਲੀ 'ਚ ਇੱਕ ਛਾਂ ਮਿਲੀ ਬਸ ਸਾਨੂੰ ਅਤੇ ਇਹਦਾ ਭਾਸ਼ਣ ਮੈਂ ਨਜਾਇਜ਼ਾ ਸੁਣਿਆ ਸਾਰੇ ਦਾ ਕੋਈ ਚੱਕਰ ਨਹੀਂ ਹੈਗਾ ਮੇਰੇ ਮੇਰੇ ਭਾਸ਼ਣ ਲਿਖਿਆ ਹੋਣਾ ਕਿਸੇ ਨੇ ਗੱਲ ਸੁਣਦਾ ਦੇਖੋ ਬਾਈ ਮੈਂ ਸੱਚਾ ਇਹ ਝੂਠੀ ਆ ਮੈਂ ਨਹੀਂ ਝੂਠੀ 12:30 ਵਜੇ ਕੌਣ ਬੋਲਦਾ ਕਿ ਆਤਾ ਹੈ ਬੜ ਬਰੀਸ਼ਨ ਛਾ ਬਣ ਕੇ ਕਿ ਉੱਠ ਜਾ ਲੋਕੀ 8-8 ਵਜੇ ਕੰਮ ਤੇ ਚਲ ਜਾਂਦੇ ਸਵੇਰੇ ਉੱਠ ਕੇ ਤੋ ਉਹ ਬੰਦੇ ਰਾਤ ਕੋ 10 ਵਜੇ ਸੋਏ ਹੁੰਦੇ ਇਹ ਬਾਬਾ ਇਹਨਾਂ ਕੋਈ ਮੁਕਾਬਲਾ ਨਹੀਂ ਆਪਣਾ ਤੇ ਬਾਕੀ ਮਿੱਤਰੋ ਹੁਣ ਆਪਾਂ ਵੀਡੀਓ ਇੱਥੇ ਬਣਾ ਲਈਏ ਤੇ ਮੈਂ ਸ਼ਿੰਨੂ ਨੂੰ ਫੋਨ ਦੇ ਕੇ ਚਲ ਜਾਣਾ ਬਾਕੀ ਸਾਰਾ ਵਲੌਗ ਸ਼ਿੰਨੂ ਨੇ ਕੰਟੀਨਿਊ ਰੱਖਣਾ ਤੇ ਬਸ ਇਹਨੂੰ ਦੇਖਿਓ ਕੀ ਕੀ ਕਰਦੀ ਕੀ ਨਹੀਂ ਬਾਕੀ ਮੈਂ ਰਾਤ ਨੂੰ ਜਦੋਂ ਆਊਗਾ ਫਿਰ 2-3 ਕਲਿੱਪਾਂ ਮੈਂ ਵੀ ਲਊਂਗਾ ਵਲੌਗ 'ਚ ਦਵਾਈ ਖਾਧੀ ਜਾਵੇ ਦਵਾਈ ਤੁਹਾਡਾ ਭਰਾ ਕੱਲ ਲੈ ਕੇ ਆਇਆ ਸੀਗਾ ਥੋੜਾ ਜਿਹਾ ਪਾਣੀ ਗਰਮ ਕਰਕੇ ਵਿੱਚ ਆ ਦਵਾਈ ਪਾ ਕੇ 2 ਚਮਚੇ ਪੀਏ ਰਾਤ ਵੀ ਪੀਤੀ ਸਵੇਰੇ ਵੀ ਪੀਤੀ ਥੋੜਾ ਜਿਹਾ ਫਰਕ ਲੱਗਦਾ ਪਿਆ ਅੱਗੇ ਨਾਲੋਂ ਤੇ 1-2 ਵਾਰ ਹੋਰ ਪੀਵਾਂਗੇ ਸ਼ਾਇਦ ਸੈੱਟ ਹੋ ਜਾਵੇ ਤੇ ਬਾਕੀ ਜੁੜੇ ਰਹੋ ਵਲੌਗ ਦੇ ਨਾਲ ਤੇ ਟਾਈਮ ਨਾਲ ਤਾਂ ਮੈਂ ਘਰ ਆ ਗਿਆ ਹਾਂ ਬਾਕੀ ਹੁਣ ਸ਼ਿੰਨੂ ਨੂੰ ਦੇ ਦੇਣੀ ਜ਼ਿੰਮੇਵਾਰੀ ਵਲੌਗ ਬਣਾਉਣ ਦੀ ਦਪਾਂਸ਼ੂ ਦਾ ਆਇਆ ਸੀ ਫੋਨ ਤੇ ਦਪਾਂਸ਼ੂ ਕਹਿੰਦਾ ਭਾਜੀ ਇੱਧਰ ਨੂੰ ਆ ਜਾਓ ਤੇ ਜੇ ਆਉਣ ਲੱਗਾ ਤੇ ਮੱਠੀਆਂ ਜ਼ਰੂਰ ਲੈ ਕੇ ਆਇਓ ਤੇ ਮੈਂ ਇਹ ਮੱਠੀਆਂ ਲੁਧਿਆਣੇ ਉਹ ਮਿਲਦੀਆਂ ਤੇ ਆਪਣੀ ਦੁਕਾਨ ਤੋਂ ਲਈਆਂ ਮੈਂ ਜਿੱਦਾਂ ਸਾਡੀ ਕਨਫੈਕਸ਼ਨਰੀ ਦਾ ਵੀ ਕੰਮ ਹੈਗਾ ਸਾਡਾ ਤੇ ਦਪਾਂਸ਼ੂ ਨੂੰ ਬਹੁਤ ਪਸੰਦ ਆ ਤੇ ਮੈਨੂੰ ਵੀ ਬਹੁਤ ਪਸੰਦ ਆ ਤੇ ਦਪਾਂਸ਼ੂ ਦਾ ਫੋਨ ਆਇਆ ਭਾਜੀ ਆ ਜਾਓ ਤੇ ਮੱਠੀਆਂ ਜ਼ਰੂਰ ਲੈ ਕੇ ਆਇਓ ਤੇ ਹੁਣ ਮੈਂ ਚੱਲਾ ਦਪਾਂਸ਼ੂ ਦੇ ਫਲੈਟ ਤੇ ਬਾਕੀ ਉਹਨਾਂ ਨਾਲ ਮਿਲਾਉਂਦਾ ਸਾਨੂੰ ਜਾ ਕੇ ਜੇ ਉੱਥੇ ਗੇਮ ਗੂਮ ਖੇਡਦੇ ਹਾਂ ਕਿਉਂਕਿ ਹੁਣ ਹਨੇਰਾ ਤਾਂ ਪੈ ਗਿਆ ਟਾਈਮ ਪਾਸ ਤਾਂ ਕਰਨਾ ਹੀ ਆ ਕਿਸੇ ਤਰੀਕੇ ਤੇ ਚੱਲਦੇ ਹਾਂ ਗੇਮ ਗੂਮ ਖੇਡਦੇ ਹਾਂ ਫਿਰ ਆ ਕੇ ਤੁਹਾਨੂੰ ਬਾਕੀ ਸ਼ਿੰਨੂ ਕੋ ਇੱਕ ਫੋਨ ਸ਼ਿੰਨੂ ਕੋ ਇੱਕ ਮੇਰੇ ਕੋਲ ਉੱਥੇ ਥੋੜ੍ਹਾ ਜਿਹਾ ਵਲੋਗ ਮੈਂ ਕਰ ਦੂੰਗਾ ਸ਼ਿੰਨੂ ਥੋੜ੍ਹਾ ਜਿਹਾ ਘਰੇ ਕੱਢ ਦੂੰਗੀ ਇੱਦਾਂ ਕਰਕੇ ਆਪਾਂ ਵਲੋਗ ਪੂਰਾ 15-20 ਮਿੰਟ ਦਾ ਕਰਕੇ ਅਪਲੋਡ ਕਰ ਦੂੰਗਾ।
ਹਾਂ ਜੋ ਵੀ ਹੈ ਵਲੌਗ ਦਾ ਤੂੰ ਵੀ ਬਣਾਉਣਾ ਵਲੌਗ ਮੈਂ ਫਿਰ ਸਾਰੇ ਮਿਕਸ ਕਰਕੇ ਵਲੌਗ 15-20 ਮਿੰਟ ਦਾ ਬਣਾ ਕੇ ਆਪਾਂ ਪਾ ਦੇਣਾ ਆ ਅਤੇ ਤੁਸੀਂ ਪਿਆਰ ਦੇਣਾ ਠੀਕ ਆ ਅਤੇ ਨਾਲੇ ਆਪਾਂ ਬਹੁਤ ਜਲਦੀ ਕਿਤੇ ਜਾਣਾ ਆ ਘੁੰਮਣ ਅਤੇ ਉਹ ਵੀ ਦੇਖਿਓ ਟ੍ਰਿਪ 3-4 ਦਿਨ ਦਾ। ਲਓ ਜੀ ਮਿੱਤਰੋ ਆ ਗਿਆ ਦਪਾਂਸ਼ੂ ਦਾ ਫਲੈਟ, ਹਨੇਰਾ ਕਰੀ ਬੈਠੇ ਪੂਰਾ ਅਤੇ ਮੱਠੀਆਂ ਲੈ ਆਇਆ ਹੋਊਗਾ। ਥੈਂਕ ਯੂ ਮੇਰੀ ਜਾਨ। ਹਾਂ ਚੱਕ ਪਰੌਂਠਾ ਆ ਮੇਰਾ ਉਰੀ ਪੋਰੀ ਦਾਊ ਆ ਗਿਆ ਜਵੇਰ। ਹਾਂਜੀ ਆ ਗਿਆ ਇੱਧਰ ਚੱਲ ਰਿਹਾ ਵਰਕ ਮੋਡ, ਗਾਣੇ ਚੱਲ ਰਹੇ ਪੂਰੇ। ਹਾਂਜੀ ਕਿੱਦਾਂ ਜੀ ਕਿਹੜੀ ਸਟੋਰੀ ਕਰਦੀ ਹੋਈ ਜਵਾਕਾਂ ਵਾਲੀ ਗੱਲ ਦੇ ਲਾਰੀ ਕਹਿੰਦਾ ਲੋਕਾਂ ਨੇ ਮਿੱਟੀ ਖੇਡੀ ਹੈ ਸਾਲੇ ਤੈਨੂੰ ਲੁਕਣ ਦਾ ਜ਼ਿਆਦਾ ਸ਼ੌਂਕ ਆ ਤੈਨੂੰ ਲੁਕਣ ਦਾ ਜ਼ਿਆਦਾ ਸ਼ੌਂਕ ਆ। ਦੋ ਬਾਬੇ ਇੱਧਰ ਗੇਮ ਚੱਲੀ ਜਾਂਦੀ, ਗੇਮ ਦੇ ਨਾਲ ਨਾਲ ਹੁਣ ਤਾਸ਼ ਆਉਣ ਲੱਗੀ ਸ਼ੁਰੂ ਤੇ ਤਾਸ਼ ਤੂੰ ਖੇਡੀਏ। ਹਾਂ ਚੱਲ ਉਹੀ ਲੁਕੜ ਮਾਟੀ ਖੇਡੀਏ ਉਹੀ ਗੱਲ ਆ ਛੋਟੇ ਹੁੰਦੇ ਤੈਨੂੰ ਲੁਕੋਇਆ ਬਹੁਤ ਲੋਕਾਂ ਨੇ ਹੋਣਾ ਟੈਟ ਪਜਾਮੇ ਨਾ ਉੱਪਰ ਲੰਬੇ ਲੰਬੇ ਬੂਟ। ਚਾਚੀ ਕਾਲ ਦਪਾਂਸ਼ੂ ਦੇ ਫਲੈਟ ਚ ਗੇਮ ਗੁਮ ਖੇਡ ਕੇ ਹੁਣ ਵਾਪਸੀ ਚੱਲੇ ਆ ਤੇ ਫਲੈਟ ਜਾ ਕੇ ਫੇਰ ਉਹੀ ਮਾਹੌਲ। ਸ਼ੀਨੂ ਨੂੰ ਪੁੱਛੀਏ ਕੀ ਕਰ ਰਹੀ ਹੈ ਕੀ ਨਹੀਂ, ਕੀ ਪਤਾ ਸ਼ੀਨੂ ਨੇ ਵਲੌਗ ਬਣਾਇਆ ਜਾਂ ਨਹੀਂ ਬਣਾਇਆ। ਆਪਾਂ ਤਾਂ ਆਪਣੀਆਂ ਕਲਿੱਪਾਂ ਲੈ ਲਈਆਂ 5-7, ਤੁਹਾਡਾ ਇੰਜੋਇਮੈਂਟ ਕਰੋ ਉਹਨੂੰ। ਤੇ ਬਾਕੀ ਬਿੱਲਾ ਜੀ ਪਿੱਛੇ ਗੱਡੀ ਜਾ ਰਹੇ ਆ, ਸਾਰੇ ਪੁੱਛਦੇ ਹੀ ਬਿੱਲਾ ਕਿੱਥੇ ਬਿੱਲਾ ਇੱਥੇ ਹੀ ਆ ਬਸ, ਥੋੜ੍ਹਾ ਦਿੱਲੀ ਗਿਆ ਹੋਇਆ ਸੀ, ਇਹ ਤੁਹਾਨੂੰ ਪਤਾ ਦਿੱਲੀ ਕਾ ਲੌਂਡਾ ਹੈ ਜੇ। ਤੇ ਬਾਕੀ ਹੁਣ ਘਰੇ ਜਾ ਕੇ ਦੇਖਦੇ ਹਾਂ ਕੀ ਬਣਿਆ, ਰੋਟੀ ਕੀ ਬਣਾਇਆ। ਭੁੱਖ ਤਾਂ ਬਹੁਤ ਲੱਗੀ ਹੈ, ਇੱਕ ਨਾ ਸਾਲੀ ਮੇਰੀ ਗੱਡੀ 'ਚ ਸਮੈਲ ਪਤਾ ਨਹੀਂ ਕਾਹਦੀ ਆਈ ਜਾਂਦੀ ਆ, ਐਂ ਲੱਗੀ ਜਾਂਦਾ ਜਿੱਦਾਂ ਕਿਸੇ ਨੇ ਚੂਹਾ ਜਹਾ ਮਾਰਤਾ ਆ ਹੈ, ਅਤੇ ਬਹਿਣਾ ਔਖਾ ਹੋਇਆ ਪਿਆ ਗੱਡੀ 'ਚ। ਏ ਸੀ ਲਾਉਣਾ ਤਾਂ ਠੀਕ ਆ, ਜੇ ਏ ਸੀ ਨਹੀਂ ਲਾਉਣਾ ਤਾਂ ਸਮੈਲ ਦਿਮਾਗ ਨੂੰ ਚੜ੍ਹਦੀ ਪੂਰੀ, ਇਹ ਗੱਡੀ ਧਮਾਉਣੀ ਪੈਣੀ ਕੱਲ੍ਹ ਜਾ ਕੇ। ਅਤੇ ਬਾਕੀ ਕੱਲ੍ਹ ਦਾ ਜਿਹੜਾ ਆਪਾਂ ਵਲੌਗ ਬਣਾਉਣਾ, ਸ਼ਾਇਦ ਆਪਾਂ ਚੰਡੀਗੜ੍ਹ ਜਾਣਾ ਘੁੰਮਣ, ਅਤੇ ਤੁਹਾਨੂੰ ਦਿਖਾਊਂਗਾ ਮੈਂ ਉਹਦਾ ਵੀ ਵਲੌਗ ਬਣਾਵਾਂਗੇ, ਕੋਈ ਨਵੀਂ ਚੀਜ਼ ਐਕਸਪਲੋਰ ਕਰੂੰਗਾ ਤੁਹਾਡੇ ਸਾਰਿਆਂ ਸਾਹਮਣੇ। ਕੀ ਖਬਰ ਅੱਜ ਦੀ ਦੱਸ ਮੜਾ ਜਾ ਕੀ ਹੋਇਆ? ਅੱਜ ਦੀ ਖਬਰ ਇਹ ਹੈ ਕਿ ਹਮਾਰੀ ਲਾਈਟ ਚਲੀ ਗਈ ਸੀ 2-3 ਘੰਟੇ। ਹਾਂ ਔਰ ਐਸੀ ਗਈ ਕਿ ਆਪ ਸੋਚ ਨਹੀਂ ਸਕਦੇ ਥੇ, ਹੰਗਾਮਾ ਹੋ, ਮੈਂ ਤਾਂ 2 ਘੰਟੇ ਫਿਲਮ ਦੇਖੀ ਬਾਹਰ ਬੈਠ ਕੇ। ਕੀ ਹੋਇਆ ਕੀ ਸੀ? ਹੋਇਆ ਇਹ ਸੀਗਾ ਕਿ ਕੋਈ ਉਹ ਟਰੈਕਟਰ ਲੈ ਕੇ ਆ ਗਿਆ ਥਾ, ਹੈਵੀ ਸੇ ਵੀ ਹੈਵੀ, ਹੈਵੀ ਸੇ ਵੀ ਹੈਵੀ। ਹਾਂ ਇਤਨਾ ਟਰੈਕਟਰ ਹੁੰਦਾ ਮਤਲਬ ਹੈ ਨਾ, ਹਾਂ ਤੋ ਇਤਨਾ ਉੱਪਰ ਤੱਕ ਲਾ ਦੋ ਉਸ ਲੜਕੜੀਆਂ ਸੇ। ਹਾਂ ਔਰ ਤਾਰੇ ਮਾਰੀ ਕਿਤਨੀ ਉੱਪਰ ਥੀ, ਟਰੈਕਟਰ ਆਇਆ ਉਹ ਅੰਧੋ ਕੇ ਜੈਸੇ ਚੱਲ ਰਹੇ ਹੋਣੇ ਥੇ, ਔਰ ਜੇ ਪਟਾਕੇ ਪਟ 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 ਪਟ, ਔਰ ਮੈਂ ਆਪ ਪਤਾ ਹੈ ਮੈਂ ਤੋ ਸੋਈ ਥੀ। ਤਾਰਾਂ ਚ ਮਾਰਿਆ ਉਹਨੇ, ਹੈ ਤਾਰਾਂ ਚ ਮਾਰਿਆ ਟਰੈਕਟਰ, ਬੇਫੂਫ ਇਹ ਟਰੈਕਟਰ ਹੈ, ਇਤਨੀ ਲੱਕੜੀਆਂ ਹੈ, ਇਧਰ ਤਾਰੇ ਹੋਣਗੀ ਤੇਰਾ ਉਹ ਐਸੇ ਨਹੀਂ ਜਾਏਗਾ ਟੱਪ ਕੇ, ਤੇਰਾ ਬਚਾਅ ਹੋ ਗਿਆ। ਮੈਂ ਤਾਂ ਸੋਈ ਥੀ, ਹਾਂ ਮੈਂ ਤਾਂ ਕਾਲੀ ਮਾਤਾ ਦਾ ਰੂਪ ਧਾਰਨ ਕਰਕੇ ਬਾਹਰ ਨਿਕਲੀ ਹੂੰ, ਜੈਸੇ ਪੰਖੇ ਗਿਰ ਟੂੰ 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 ਸਲੋ ਸਲੋ ਹੋ, ਮੈਂ ਤਾਂ ਸੋਚਿਆ ਪਹਿਲੇ ਮੈਂ ਕਹਾ ਪਾਇਆ ਆਪਣੇ ਦਰਵਾਜ਼ੇ ਜ਼ੋਰ ਜ਼ੋਰ ਸੇ ਠੱਕ ਠੱਕ ਕਰਾਏ। ਹਾਂ ਔਰ ਜੈਸੇ ਮੈਂ ਬਾਹਰ ਨਿਕਲੀ ਨੰਗੇ ਪੈਰ, ਮੇਰੇ ਕੋ ਕੁਛ ਨਹੀਂ ਦਿਖਾ, ਮੇਰੇ ਕੋ ਉਹ ਲੋਕ ਦਿਖਾ, ਮੈਂ ਕਿਹਾ ਇਹ ਕੀ ਕਰਾ ਹੂਆ ਹੈ, ਬੋਲਦੇ ਕਿ ਮੈਂ ਬੋਲਦੇ ਠੀਕ ਕਰ ਦੇਵੇਂਗੇ ਠੀਕ ਕਰ, ਮੈਂ ਕਿਹਾ ਠੀਕ ਕੀ ਕਰ ਦੇਵੇਂਗੇ, ਮੈਂ ਕਿਹਾ ਲਾਈਟ ਚਲੀ ਗਈ ਹੈ, ਮੈਂ ਕਿਹਾ ਹਮਾਰੀ ਅੱਧੀ ਰਾਤ ਕੋ ਮੈਨੂੰ ਕੌਣ ਠੀਕ ਕਰਕੇ ਦੇਗਾ। ਪਹਿਲੇ ਬਿਜਲੀ ਵਾਲਾ ਨਹੀਂ ਆਇਆ, ਫਿਰ ਉਹਨੂੰ ਕੋ ਮੈਨੇ ਖੜਾ ਕਰਕੇ ਰੱਖਾ ਉਧਰ ਹੀ, ਮੈਨੂੰ ਕਿਹਾ ਟਰੈਕਟਰ ਨਹੀਂ ਲਾਂਚੀ ਇੱਧਰ ਸੇ, ਫਿਰ ਮੈਨੇ ਸਭ ਕੋ ਫੋਨ ਕਰ ਕਰਕੇ ਬੁਲਾਇਆ, ਆਪ ਕੋ ਬੁਲਾਇਆ, ਆਪ ਕੋ, ਮੇਰੇ ਕੋ ਆਪ ਕਾ ਤਾਂ ਮੇਰੇ ਕੋ ਪਤਾ ਹੀ ਥਾ ਕਿ ਆਪ ਨੇ ਆਉਣਾ ਤਾਂ ਹੈ ਨਹੀਂ, ਮੈਂ ਓਨਰ ਨੂੰ ਭੇਜ ਦਿੱਤਾ ਸੀ, ਫਿਰ ਓਨਰ ਆਇਆ, ਫਿਰ ਸਭ ਨੇ ਹਮਨੇ WWE ਕਰੀ ਉਨਕੇ ਸਾਥ, ਓਨਰ ਨੇ ਆਪਣਾ ਪ੍ਰਚੰਡ ਰੂਪ ਉਨਕੋ ਦਿਖਾਇਆ ਆਪਣਾ, ਕਿ ਬੋਲਦੇ ਕਿਆ ਕਰਦੀ ਕਿਆ ਨਹੀਂ ਤੇਰਾ,
ਫਿਰ ਬਸ ਫਿਰ ਲਾਈਟ ਠੀਕ ਕਰਕੇ ਦੀ, ਪਰ ਹਮ ਅਭੀ ਏ ਸੀ ਨਹੀਂ ਚਲਾ ਸਕਤੇ, ਅਗਰ ਆਪਕੋ ਗਰਮੀ ਵੀ ਲਗੇਗੀ ਤੋ ਦੋ ਤਿੰਨ ਦਿਨ ਏ ਸੀ ਨਹੀਂ ਚਲਾ ਸਕਤੇ। ਕਿਉਂ ਤਾਰਾਂ ਡਾਇਰੈਕਟ ਪਾ ਗਏ? ਤਾਰਾਂ ਉਹਨਾਂ ਨੇ ਜੁਗਾੜ ਕਰਾ ਹੋਇਆ ਇੱਕ ਲਾਈਟ ਆਣੇ ਦਾ, ਮਤਲਬ ਵੋ ਕਿਆ ਬੋਲਤੇ ਹੈ ਜ਼ਿਆਦਾ ਵੋਲਟੇਜ ਔਰ ਲੋ ਵੋਲਟੇਜ ਪਤਾ ਨਹੀਂ ਕਿਆ ਕਿਆ ਬੋਲ ਰਹੇ ਥੇ, ਤੋ ਦੋ ਦਿਨ ਬਾਅਦ ਵੋ ਤਾਰੇ ਸਾਰੇ ਪਟਕੇ ਜਾਏਂਗੇ ਫਿਰ ਡਾਲੇਂਗੇ। ਐਸਾ ਹੈ ਖਾਣ ਨੂੰ ਕੀ ਬਣਾਇਆ ਤੂੰ? ਖਾਣ ਨੂੰ ਮੈਨੇ ਵਲੌਗ ਤੋਂ ਪਿੱਛੋਂ ਬਣਾਇਆ ਨਹੀਂ ਹੋਣਾ ਮਾੜਾ ਮੋਟਾ, ਅੰਧੇਰੇ ਵਿੱਚ ਕਿਆ ਬਣਾਉਣਾ ਥਾ ਮੈਨੇ? ਉਹ ਬਾਹਰ ਲੜਾਈ ਦਾ ਵਲੌਗ ਬਣਾ ਲੈਣਾ ਸੀ ਤੂੰ। ਲੈ ਮੈਂ ਫੋਨ ਚੱਕ ਕੇ ਚਲੀ ਜਾਂਦੀ ਬਾਹਰ ਹੈ, ਜਿਹੜਾ ਕੋਈ ਬੋਲਦਾ ਤੇ ਮੂਰੇ ਕੈਮਰਾ ਕਰ ਦੇਣਾ ਇਦਾਂ। ਹਾਂਜੀ ਤੂੰ ਕਹ ਤੁਸੀਂ ਦੱਸੋ ਤੁਸੀਂ ਦੱਸੋ। ਹਾਂ ਦੱਸਣਾ ਤਾਂ ਮੈਂ ਦੱਸ ਰਹੀ ਸੀ, ਉਹਨਾਂ ਕੋ ਸਭ ਕੁਝ ਦੱਸ ਦਿਆ ਥਾ ਮੈਂ ਉਹਨਾਂ ਕੋ। ਹੋਰ ਕੀ ਬਣਾ ਲੈਣਾ ਸੀ? ਲੈ ਚਪੇਟੋ ਚਪੇੜੀ ਹੋਣੇ ਵਾਲਾ ਕੰਮ ਦਾ ਉਹ ਉਧਰ ਫਿਰ ਮੈਂ ਨਹੀਂ ਫੋਨ ਆਪ ਬਣਾਇਆ ਕਿ ਹੁਣੇ ਦੱਸ ਕੁਝ ਵੀ ਨਹੀਂ ਅੰਦੇ ਇਹ ਬਣਾਈ ਮੈਗੀ। ਤੋ ਹਾਂਜੀ ਗਾਈਸ ਆਪਕੋ ਬਤਾ ਦੇਣਾ ਸਟੋਰੀ ਕਿ ਅੱਜ ਮੇਰੇ ਸਾਥ ਕਿਆ ਘਟਨਾ ਘਟੀ, ਤੋ ਉਸਕੋ ਭੁੱਲ ਜਾਓ ਅਬ। ਤੋ ਅਬ ਮੈਂ ਬਣਾਉਂਗੀ ਖਾਣਾ, ਉਸਕੇ ਪਹਿਲੇ ਮੈਂ ਆਪ ਲੋਗੋਂ ਕੋ ਜੋ ਮੈਨੇ ਬਤਾਇਆ ਥਾ ਕਿ ਮੈਨੇ ਸੁਬਹ ਜਬ ਵਲੌਗ ਸਟਾਰਟ ਕਰਾ ਥਾ ਉਸ ਟਾਈਮ ਮੈਂ ਆਪਕੋ ਬੀਚ ਮੇ ਬੋਲਾ ਥਾ ਨਾ ਕਿ ਮੈਂ ਆਪਕੋ ਅੱਜ ਕਵਰਸ ਦਿਖਾਉਂਗੀ ਫੋਨ ਕਵਰ, ਤੋ ਦੋ ਮਿੰਟ ਰੁਕੋ ਮੈਂ ਪੂਰਾ ਬੈਗ ਲੈ ਕੇ ਆਈ ਫਿਰ ਬਤਾਤੀ ਆਪਕੋ। ਇਧਰ ਦੇਖੋ ਕਿਆ ਚੱਲ ਰਿਹਾ ਹੈ, 2400 ਘੰਟੇ ਆਪਣੇ ਬਾਲ ਚਾਰ ਬਾਲ ਰਹੇ ਨਾ ਸਿਰ ਪੇ ਉਹਨਕੋ, ਤੂੰ ਬੇਚਾਰੋ ਕੋ ਬੱਚੇ ਰਹਿਣੇ ਦੋ, ਤੂੰ ਮਾਰੇਗਾ ਕਹੇ ਨੂੰ। ਵਾਹ ਵਾਹ ਅੰਕੂ, ਇੱਕੋ ਹੀ ਪੀਸ ਰੱਬ ਨੇ ਬਣਾ ਕੇ ਭੇਜਿਆ ਇਹ ਕਿਆ ਮੇਰੇ ਅਰਗਾ, ਚੱਲ ਬਾਹਰ ਨਿਕਲੋ। ਇਹ ਕੀ ਕਰ ਰਹੀ ਆ? ਮੇਰੇ ਕੋਲ ਪਤਾ ਜਿਮ ਜਾਇਆ ਕਰ, ਜਿਮ ਜਾਇਆ ਕਰ, ਮੇਰੇ ਕੋਲ ਜਿਮ ਜਾਣੇ ਦੀ ਜ਼ਰੂਰਤ ਨਹੀਂ, ਇਹ ਬੈਗ ਉਠਾਇਆ ਕਰੂੰਗੀ ਮੈਂ। ਤੋ ਦੇਖੋ ਜੀ ਮੈਂ ਆਪਕੋ ਬੋਲਾ ਥਾ ਨਾ ਕਿ ਫੋਨ ਕਵਰਸ ਦਿਖਾਉਂਗੀ, ਇਸਕੇ ਅੰਦਰ ਵੀ ਫੋਨ ਕਵਰਸ ਹੈ, ਪਹਿਲੇ ਇਸ ਸੇ ਸਟਾਰਟ ਕਰ ਲੋ। ਜਦੋਂ ਤੇਰੇ ਆ ਮੇਰੇ ਨਹੀਂ ਹੈਗੇ, ਇਹ ਆਪਕਾ ਹੈ। ਹਾਂ ਚਲੋ ਮੇਰੇ ਤੋਂ ਬਿੰਦੇ ਨਵੇਂ ਫੋਨ ਤੇ ਫਿਰ ਐਦਾਂ ਹੀ ਆ, ਹੁਣ ਮੈਂ ਫੋਨ ਵੀ ਦਾ ਕਿੰਨੇ ਬਦਲੇ, ਮੈਂ ਫੋਨ ਵੀ ਦਾ ਕਿੰਨੇ ਬਦਲੇ, ਸਾਰੇ ਫੋਨਾਂ ਦੇ ਮਿਕਸ ਆ। ਨਹੀਂ 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 ਸਾਰੇ ਫੋਨ ਕੇ ਮਿਕਸ ਕੋਈ ਵੀ ਨਹੀਂ ਹੈ, ਕੋਈ ਵੀ ਨਹੀਂ ਮਿਕਸ ਬਾਜਾ, ਉਹ ਕੋਈ ਮਿਕਸ ਨਹੀਂ ਹੈ, ਇਹ ਅੰਕੁਸ਼ ਕੇ ਐਂਡਰੋਇਡ ਫੋਨ ਕੇ, ਠੀਕ ਹੈ। ਹਾਂ ਨਹੀਂ ਨਹੀਂ ਮਿਕਸ ਹੀ ਹੈ, ਇਹ ਐਂਡਰੋਇਡ ਔਰ ਆਈਫੋਨ ਕੇ ਬੀਚ ਬੀਚ ਮੇ ਹੋਗੇ, ਆਈਫੋਨ ਕੇ ਇਹ ਦੇਖੋ ਇਹ ਦੇਖੋ। ਨਵਾਂ ਕੰਮ ਸ਼ੁਰੂ ਕਰਨ ਲੱਗੀ ਸ਼ੀਨੂ ਜੀ ਫੋਨਾਂ ਦੇ ਕਵਰਾਂ ਦਾ, ਆਈਡੀ ਮੈਂਸ਼ਨ ਕਰੂੰਗਾ ਸ਼ੀਨੂ ਦੀ ਇੰਸਟਾਗ੍ਰਾਮ ਦੀ ਫੋਨਾਂ ਦੇ ਕਵਰਾਂ ਦੀ। ਦੇਖੋ ਭਾਈ ਕੌਣ ਇਤਨੇ ਕਵਰਸ ਲੇਤਾ ਹੈ, ਕੌਣ ਲੇਤਾ ਹੈ? ਆਰੇ ਆ ਸਾਰੇ ਮੇਰੇ ਜਿਹੜੇ ਫੋਨ ਮੈਂ ਕਈ ਯੂਜ਼ ਕਰਕੇ ਛੱਡਤੇ ਉਹਨਾਂ ਦੇ ਕਵਰ ਆ। ਨਹੀਂ ਨਹੀਂ ਰੁਕ ਜਾ, ਯੂਜ਼ ਸਿਰਫ ਇਹ ਅਭੀ ਤੱਕ ਯੂਜ਼ ਕਰਤੀ ਮੈਂ। ਆਰੇ ਆ ਤੇਰੇ ਆ, ਆ ਤੇਰੇ ਆ, ਆ ਆ ਕਵਰ ਤੇਰਾ, ਇਹ ਤਾਂ ਫੋਨ ਬਹੁਤ ਟੁੱਟਾ ਹੋਇਆ ਵਾਲਾ ਹੈ, ਉਸਕੀ ਮੈਨੇ ਹੈਗਾ ਤਾਂ ਤੇਰਾ ਨਾ, ਹੈਗਾ ਤਾਂ ਤੇਰਾ ਨਾ, ਉਸਕੀ ਨਿਸ਼ਾਨੀ ਰੱਖੀ ਸਿਰਫ ਇੱਕ ਕਵਰ ਕੀ ਨਿਸ਼ਾਨੀ ਰੱਖੀ ਹੈ, ਚਲੋ ਇਸ ਕੋ ਫੇਂਕ ਦੋ, ਇਹ ਵਾਲਾ ਫੋਨ ਅਭੀ ਹੈ, ਇਹ ਵਾਲਾ ਹੈ, ਠੀਕ ਹੈ, ਇਸਕੇ ਦੋ ਕਵਰ ਹੋਏਗੇ, ਇਹ ਲੋ ਆਪ ਆਪਕੇ ਫੋਨ ਕੇ ਕਵਰ ਮੇਰੇ ਫੋਨ ਕੇ ਕਵਰ ਕੇ ਅੰਦਰ। ਚੱਲ ਠੀਕ ਆ, ਹੁਣ ਰੋਟੀ ਬਣਾ ਦੇ ਬਹੁਤ ਆ, ਮੈਨੂੰ ਕੋਈ ਨਵਾਂ ਕਵਰ ਦੇ ਪਾਉਣ। ਔਰ ਇਹ ਸਾਰੇ ਕਵਰ ਕਿਸ ਕੇ ਆਣਗੇ? ਸਾਰੇ ਤੇਰੇ ਫੋਨਾਂ ਦੇ। ਇਹ ਸਾਰੇ ਕਵਰ ਕਿਸ ਕੇ ਆ? ਸੇਲ ਲਗਾਉਂਗੇ ਮੈਂ ਦੁਕਾਨ ਪੇ ਵੀ, ਇਤਨੇ ਕਵਰਸ ਨਹੀਂ ਹੋਣਗੇ ਪਾਗਲ। ਦੇਖ ਲੋ ਮਿੱਤਰੋ ਸਾਡਾ ਟਾਈਮ ਟੇਬਲ ਕਿੰਨਾ ਖਰਾਬ ਆ, 12:30 ਰੋਟੀ ਬਣਨ ਲੱਗੀ ਰਾਤ ਦੀ, ਤੇ ਇਹ ਡੇਲੀ ਦਾ ਕੰਮ ਆ ਸਾਡਾ, ਤੇ ਹੁਣ ਕੀ ਕਰ ਸਕਦੇ ਆ, ਇੱਦੇ ਡੇਲੀ ਇਹਨੇ ਫੋਨ ਰੱਖ ਲੈਣਾ, ਇੱਦੀ ਡੇਲੀ ਸਬਜ਼ੀ ਬਣਨੀ, ਇੱਦੀ ਡੇਲੀ ਰੋਟੀ ਬਣਨੀ ਆ, ਤੇ ਬਾਕੀ ਹੁਣ ਡੇਲੀ ਰੂਟੀਨ ਵਾਲੇ ਵਲੌਗ ਸ਼ੁਰੂ ਕਰਤੇ ਆਪਾਂ, ਅੱਜ ਤੋਂ ਰੈਗੂਲਰ ਵਲੌਗ ਹੋਣਗੇ, ਜੋ ਆਪਾਂ ਕਰਾਂਗੇ ਜੋ ਖੱਪ ਖਾਨਾ ਕਰਾਂਗੇ। ਤੇ ਤੁਸੀਂ ਜਿੰਨੇ ਵੀ ਭਰਾ ਵਲੌਗ ਨੂੰ ਪਿਆਰ ਦਿੰਦੇ ਹੋ, ਤੁਸੀਂ ਅੱਗੇ ਅੱਗੇ ਆਪਣੇ ਫਰੈਂਡਾਂ ਨੂੰ ਸ਼ੇਅਰ ਕਰਿਆ ਕਰੋ, ਤੇ ਤਾਂ ਕਿ ਸਾਡਾ ਹੌਸਲਾ ਥੋੜ੍ਹਾ ਹੋਰ ਵੱਧਦਾ ਰਹੇ, ਆਪਾਂ ਵਧੀਆ ਵਧੀਆ ਵਲੌਗ ਬਣਾ ਸਕੀਏ। ਅਤੇ ਬਾਕੀ ਚਲੋ ਜੀ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ, ਰਾਤ ਬਹੁਤ ਹੋ ਗਈ, ਮੈਂ ਵੀ ਬਹੁਤ ਥੱਕਿਆ ਹੋਇਆ, ਅਤੇ ਰੋਟੀ ਖਾਵਾਂ ਅਤੇ ਸੋਵਾਂ। ਜੇ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ, ਲਵ ਯੂ।